आइसक्रीम वाला खड़े, आइसक्रीम ना खाऊं। आइसक्रीम जो आ देगो पैसा जेब भी जेन को ना, आइसक्रीम क्यों खासू पैसे दे तो टेंशन ना गिन। बिल्कुल अच्छा, हां टेंशन ना गिन पैसे दी। हां दे देगा, ऑर्डर कर। अस्सलाम वालेकुम। वालेकुम सलाम, क्या हाल है जाने? ठीक है अल्लाह का शुक्र है। आइसक्रीम तो दे दे यार, कितने कितने आ लिए? 50 लिए, 30 लिए, 10 लिए, 20 लिए, कैरी होवे 50 लिखा है, 50 लड्डू बना ले यार। ठीक है, बहुत मन वादे भाई साहब। ਮੈਂ ਜਾਂਦੇ ਆਵਾਂ ਲੂ ਫਜਰ ਦਾ ਹੇਗਾ ਤੇ ਲਗੇ ਅੱਲਾ ਦੇ ਹੁਕਮ ਨਾਲ। ਹਾਂ ਜਵਾਨੋ, ਅੱਜ ਦਿਲ ਕੋ ਨਾ ਠੰਡਾ ਕਰੋ, ਮੋਜਾ ਕਰੋ, ਇਹ ਦਿਨ ਉੱਤੇ ਰਤੀ ਬਣਾ ਨਹੀਂ ਸੱਟੀ। ਓ ਇਹ ਤਾਂ ਕਛ ਬਈ ਏ ਉਹ ਬਸ ਬਸ, ਇਹ ਮੇਰਾ ਵਾਲਾ ਬੂਰੇ ਸਹੀਂ ਚੰਗਾ ਫੋਨ ਵਾਲੇ ਨੇ ਚੰਗਾ। ਮੋਜ ਕਰ, ਮੋਜ ਕਰ, ਖਾ। ਮਾਂ ਮੈਂ ਤਾਂ ਖੱਲੇ ਖਾਉਣੇ ਪੈ ਗਏ। ਖੱਲੇ ਕਿਉਂ ਖਾਣਾ ਪੈ? ਆਈਸਕ੍ਰੀਮ ਖਾ ਦੋ। ਓ ਨੋ, ਟੈਨਸ਼ਨ ਨਾ ਗਿਨ। ਬਿਲਕੁਲ ਅੱਛਾ, ਮੈਂ ਹਾਂ ਨਾ, ਮਜ਼ੇ ਕਰ ਮਜ਼ੇ। ਅੱਜ ਤੇਰੇ ਕੰਮ ਹੀ ਹੋ ਜਾਣ। ਚਾਹ ਸਾਂਦੀ ਪਈ ਹੈ? ਮੁਫਤ ਚਾਹ ਸੀ ਢੇਰ ਆਂਦੀ ਹੈ। ਹਾਂ ਇਹ ਠਰ ਗਏ ਹੈ, ਮੁਫਤ ਵਾਲੇ ਤਾਂ ਹਾਂ ਠਰ ਗਏ। ਹਾਂ ਤੇ ਨਾ ਹਾਂ ਤਾਂ ਢੇਰ ਠੰਡਾ ਪਿਓ ਸੀ ਤੋ, ਬਿਲਕੁਲ ਫਰੀ ਆ ਲੈ। ਆਇਓ ਕਿ ਮਾਂ ਮੰਨਾ, ਅੱਜ ਘਰ ਮੇ ਕੁਲਫੇ ਗਿਨਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ ਸਹੀਂ, ਕਿਵੇਂ ਆਵਣੀ ਤੇ ਇਹ ਸਹੀਂ? ਤੇ ਵੀ ਹਾਲੀ ਕੋਨ ਤਰੇ ਮੈਂ ਵੇ ਵਾਲੀ ਕਾਨੀ ਨਾ ਹਾਲੀਏ। ਅੱਛਾ ਉਹ ਹਾਲੇ ਜੇਰੀ ਹੈ, ਉਹ ਕੌਣ ਦੇ? ਮੈਂ ਅੰਦਰੋਂ ਬਾਂਧਾ ਪਿਆ। ਹਾਂ ਜਿਵੇਂ ਖਾ ਕੁਲਫੀ, ਉੱਤੇ ਚੋਕਲੇਟ ਤਾਂ ਲਾ ਦੇ। ਚੋਕਲੇਟ ਹੀ ਨਹੀਂ, ਇੱਕ ਮਿੰਟ ਸਬਰ ਕਰ। ਕੀ ਕੋ ਚੋਕਲੇਟ ਹੈ ਜੀ? ਆ ਹਾਏ ਅੱਲਾਹ ਤੇ, ਕਿਵੇਂ ਦੁਕਾਨ ਤੇ ਖੜਾ ਹੈ, ਚੋਕਲੇਟ ਹੈ? ਆਹਾ ਹਾਂ ਇਹ ਠਰਦਾ ਬੈਠੇ ਕੁਲਫੀ ਘੋਲ ਕੇ ਲੁੰਧੇ ਬੰਦੇ ਨੂੰ ਦੇ ਦੇ ਬੈਠੇ ਖਾ ਜਾਂਦੇ ਆ। ਦੇਣੀ ਵਾਲੀ ਕਰ ਚਿੱਟਿਆਂ ਨੇ ਕੱਢ ਕੇ ਦੇ ਬੈਠੇ, ਮੈਂ ਕਿ ਮਤਾ ਛਿੱਕ ਗਿਨ। ਮਤਲਬ ਮੰਗਣ ਚਾ ਹੁਣ ਤਾਂ ਵਾਕਿਫ ਆਏ ਬੈਨ। ਹਾਏ ਹਾਏ ਫਰੀ ਵਾਲੀ ਦੀ ਆਪਣੀ ਚਾਸ ਹੈ, ਵੰਨਾ ਫਰੀ ਵਾਲੀ ਕੁਲਫੀ ਬਾ ਖਾਦੀ ਬੈਨ। ਓਹੋ ਜੀ ਸਾਈਂ, ਕੁਲਫੀ ਦੇ ਪੈਸੇ? ਪੈਸੇ ਤਾਂ ਕੋ ਨਹੀਂ, ਇਹ ਕੁਲਫੀ ਖਾ ਕੇ ਪੈਸੇ ਕੋ ਨਹੀਂ? ਪੈਸੇ ਕੋ ਨਹੀਂ, ਅਗਲੇ ਚੱਕਰ ਤੇ ਖਰੇ ਤੇ ਆਏ ਬੈਠਾ ਮੈਂ ਤੂੰ। ਮੈਂ ਆ ਕੇ ਫਰੀ ਵਾਲਾ ਲੰਗੋ ਰੋਜ਼ੀ, ਹੁਣ ਹਿਸਾਬ ਕਿਤਾਬ ਬਰਾਬਰ ਥੇ ਗਿਆ। ਬੰਦਾ ਕਬਰੀ ਲੈ ਹੁਣ ਸਾ ਕੋਈ ਮੇ ਲੱਗਿਆ, ਟੈਨਸ਼ਨ ਨਾ ਗਿਨ, ਕੋਈ ਕਰੇ ਨੇ ਬੰਦਾ ਕਬਰੀ ਲੈ, ਅੱਲਾ ਸਵਾਬ ਕਰੇ ਸੀ। ਇਹ ਹਿਸਾਬ ਤੇ ਬਾਈ ਇੱਕ ਚਮਾਟ ਮਾਰ ਗਏ ਨਹੀਂ, ਕੌਣ ਦੇ ਚਫਰੀ ਵਾਲੀ? ਚੱਲ ਜਾ ਕੇ ਮੁਫਤ ਹੋ ਰਿਹਾ। ਹਾਂ ਕੁਲਫੀ ਖਾ ਗਏ ਨਾ। ਅਸਲਾਮ ਅਲੈਕੁਮ, ਕਿਵੇਂ ਕੁਲਫੀ ਹੈ? ਚੋਰ ਬੰਦੇ ਮੇ ਕੋ ਨਜੂਮੀ ਜਿਸ ਦਿਨ ਦੂਰ ਕੇ ਕੋ ਹੱਥ ਦੇਖੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਮੇਰਾ ਕੋਈ ਹੱਥ ਦੇਖੋ ਆ, ਮੈਨੂੰ ਨਸੀਬ ਭਰੇ ਵਦਨ ਭੁੱਲਿਆ ਕਰੇ, ਇਹ ਕੋ ਤਾਂ ਕਿਉਂ ਨਾ ਲੈਨੇ ਆਏ।
ਇਹ ਤਾਂ ਲੈਣਾ ਢੇਰੀ ਨੇ ਇਹ ਲੈਣ ਕਰੀ ਵਾਲੀ ਪਟੜੀ ਬਣੀ ਪਈ ਹੈ ਬਾਬਾ ਪਹੁੰਚੋ ਮਤਲਬ ਹੱਲ ਕਰ ਦੇ ਹਾਂ ਹੁਣ ਤੂੰ ਦੱਸਾਂ ਕਿਆ ਮਸਲਾ ਹੈ ਤੇਰਾ ਮੈਂ ਤਾਂ ਸ਼ਾਦੀ ਦਾ ਮਸਲਾ ਹੈ ਸ਼ਾਦੀ ਦਾ ਕਿਆ ਮਸਲਾ ਹੈ ਮੈਂ ਗਰੀਬ ਹਾਂ ਮੇਰਾ ਸਹੁਰਾ ਅਮੀਰ ਹੈ ਹੁਣ ਉਹ ਚੂਹੇ ਨਹੀਂ ਦਿੰਦਾ ਚੂਹੇ ਨਹੀਂ ਦਿੰਦਾ ਜੀ ਹਾਂ ਚੰਗਾ ਅਮੀਰ ਹੈ ਜੀ ਹਾਂ ਇਹਦਾ ਮਤਲਬ ਹੱਲ ਕਰ ਦੇਣਾ ਕੋਈ ਮਸਲਾ ਹੀ ਹੈ ਕੋਈ ਕਰ ਦਿਓ ਹੱਲ ਇਹਦੀ ਫੀਸ ਭਰਨੀ ਪਊਸੀ ਚੌਕੀ ਹੈ ਕੌਣ ਇਹਦੀ ਚੌੜੀ ਫੀਸ 1500 ਰੁਪਇਆ ਭਰੇ ਸੂ ਅਸਾਂ ਚਲੋ ਠੀਕ ਹੈ ਦੇਖੋ ਜੀ ਗਿਟਕਾਰ ਹੈ ਕਰਦਾ ਪਾ ਤੇ ਕੀ ਪਤਾ ਯਾਰ ਇਹਨਾਂ ਰਮਜ਼ਾਨ ਦਾ ਇਵੇਂ ਹੈ ਜੀ ਹਾਂ ਫੀਸ ਜਮ੍ਹਾਂ ਕਰਵਾ ਤੇ ਕੋਲ ਸੈਨਾ ਹਰ ਸ਼ਾਇ ਫੀਸ ਜਮ੍ਹਾਂ ਕਰਵਾਉਣੇ ਆਏ ਤੇ ਪਹਿਲੇ ਜਮ੍ਹਾਂ ਕਰਵਾ ਠੀਕ ਹੈ ਠੀਕ ਹੈ ਮਿਹਨਤ ਮੇਰੀ ਇਹ ਗਿੰਦਾ ਤੂੰ ਪਾਇਆ ਇਕੱਠੇ ਨਾ ਵਦੇ ਹਾਂ ਦਿਖਾ ਤੇਰੇ ਸੋਹਰੇ ਦਾ ਪੈਸੇ ਤੇਰੇ ਨਾ ਬੈਂਕ ਚ ਹਨ ਨਾ ਜੀ ਹਾਂ ਵੱਤ ਕਿਹੜਾ ਮਸਲਾ ਹੈ ਬੈਂਕ ਲਗਾਵੇ ਸੇ ਜੀ ਹਾਂ ਠੀਕ ਹੈ ਉਹਨਾਂ ਕੋ ਆਖ ਸੇ ਮੈਂ ਬੈਂਕ ਚ ਬਣੇ ਠੀਕ ਹੈ ਜੀ ਹਾਂ ਮੈਂ ਬੈਂਕ ਚ ਵਸੇ ਉਹਨਾਂ ਕੋ ਆਖ ਸੇ ਤੱਕ ਮੈਂ ਕੋ ਤੁਹਾਨੂੰ ਬੈਂਕ ਦਾ ਮੈਨੇਜਰ ਲਾਓ ਜੀ ਹਾਂ ਮੇਰੇ ਸੋਹਰੇ ਦੇ ਜਿੰਨੇ ਪੈਸੇ ਤੁਹਾਰੇ ਬੈਂਕ ਚ ਮੈਂ ਜਮਾ ਕਰ ਦੇਣਾ ਜੀ ਹਾਂ ਦੇਖੋ ਮੈਨੇਜਰ ਲਾ ਰਹੇ ਸਨ ਠੀਕ ਹੈ ਮਿਹਰਬਾਨੀ ਜਿਹੜੇ ਤੋਂ ਮੈਨੇਜਰ ਲੱਗ ਬਣੇ ਜੀ ਹਾਂ ਸੋਹਰੇ ਕਰਨ ਬਣੇ ਤੱਕ ਮੈਂ ਬੈਂਕ ਦਾ ਮੈਨੇਜਰ ਲੱਗ ਗਿਆ ਜੀ ਹਾਂ ਕਿਵੇਂ ਉਹ ਤੇ ਕੋ ਧੀ ਨਹੀਂ ਦਿੰਦਾ ਆਪੇ ਧੀ ਰਿਹਾ ਸੀ ਜੀ ਹਾਂ ਤੂੰ ਤਾਂ ਕੋਈ ਪਹੁੰਚਿਆ ਸਰਕਾਰ ਹੈ ਬਸ ਮੈਂ ਤਾਂ ਕਿਵੇਂ ਆਖੇ ਯਾਰ ਫੀਸ ਕਿੱਦੀ ਬੈਠੇ ਹਰਾਮ ਵਸ ਨਹੀਂ ਖਾਂਦੇ